ਠਹਿਰਾ ਸਿੱਖਿਆ ਪਹਿਲਾਂ ਤਾਂ ਇਹਦੇ ਵਿੱਚ ਆ ਕੇ ਜਿਹੜਾ ਇਹ ਜਿੰਨੇ ਇਹ ਠਹਿਰਾ ਅਤੇ ਹਲੀਮੀ ਨਾਲ ਬੋਲਦੇ ਨੇ ਨਾ ਉਹ ਮਤਲਬ ਇੱਕ ਇਹਨਾਂ ਨੂੰ ਦੇਖ ਦੇਖ ਕੇ ਉਹ ਮਤਲਬ ਇੱਦਾਂ ਦੀ ਚੀਜ਼ ਆ ਜਿਹੜੀ ਤੁਸੀਂ ਕਦੇ ਛੱਡਣਾ ਨਹੀਂ ਚਾਹੋਗੇ। ਇਹ ਇੰਨੀ ਟਿਕਾ ਕੇ ਗੱਲ ਕਰਦੇ ਨੇ ਨਾ ਕਿ ਬੰਦੇ ਦੇ ਪੱਲੇ ਪੈ ਜਾਂਦੀ ਹੈ ਗੱਲ। ਕੁਰਾਨ ਜਾਂ ਫਿਰ ਇਹਦੀ ਜਦੋਂ ਤੁਸੀਂ ਕਹਾਣੀ ਸੁਣੀ ਸੀ ਕੋਈ ਨਾ ਕੋਈ ਲਾਈਫ ਲੈਸਨ ਜਾਂ ਕੋਈ ਚੀਜ਼ ਇੱਦਾਂ ਦੀ ਜ਼ਰੂਰ ਸਿੱਖੀ ਹੋਏਗੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਮੈਂ ਹੈ ਜ਼ਿੰਦਗੀ ਦੇ ਵਿੱਚ ਹੁਣ ਮੈਂ ਨਾਲ ਰੱਖਾਂਗਾ। ਦੇਖੋ ਇਸ ਫਿਲਮ ਦੇ ਵਿੱਚ ਸਿੱਖਣ ਨੂੰ ਤਾਂ ਬਹੁਤ ਕੁਛ ਮਿਲਿਆ ਕਿਉਂਕਿ ਜਿੱਦਾਂ ਹੁਣ ਸੂਈ ਸਾਹਿਬ ਨੇ ਤਰਸੇਮ ਜੀ ਨੇ ਹੈ ਨਾ ਅਤੇ ਇਹਨਾਂ ਨੂੰ ਦੇਖ ਦੇਖ ਕੇ ਅਸੀਂ ਵੱਡੇ ਹੋਏ ਹਾਂ ਹੈ ਨਾ। ਪਹਿਲਾਂ ਤਾਂ ਕਲਾਕਾਰੀ ਦੇਖ ਲਓ, ਹੁਣ ਸੂਈ ਸਾਹਿਬ ਦਾ ਠਹਿਰਾ ਸਿੱਖਿਆ ਪਹਿਲਾਂ ਤਾਂ ਇਹਦੇ ਵਿੱਚ ਆ ਕੇ ਜਿਹੜਾ ਇਹ ਜਿੰਨੇ ਇਹ ਠਹਿਰਾ ਅਤੇ ਹਲੀਮੀ ਨਾਲ ਬੋਲਦੇ ਨੇ ਨਾ ਉਹ ਮਤਲਬ ਇੱਕ ਇਹਨਾਂ ਨੂੰ ਦੇਖ ਦੇਖ ਕੇ ਉਹ ਮਤਲਬ ਇੱਦਾਂ ਦੀ ਚੀਜ਼ ਆ ਜਿਹੜੀ ਤੁਸੀਂ ਕਦੇ ਛੱਡਣਾ ਨਹੀਂ ਚਾਹੋਗੇ। ਇਹ ਇੰਨੀ ਟਿਕਾ ਕੇ ਗੱਲ ਕਰਦੇ ਨੇ ਨਾ ਕਿ ਬੰਦੇ ਦੇ ਪੱਲੇ ਪੈ ਜਾਂਦੀ ਹੈ ਗੱਲ ਹੈ ਨਾ। ਸੋ ਉਹ ਚੀਜ਼ਾਂ ਸਿੱਖੀਆਂ। ਬਾਕੀ ਫਿਰ ਰੋਬੀ ਭਾਅ ਜੀ ਸੀਗੇ ਉੱਥੇ, ਤਰਸੇਮ ਜੀ ਸੀਗੇ, ਮੈਂਡੀ, ਮਤਲਬ ਹਰ ਇੱਕ ਬੰਦਾ ਕੁਛ ਨਾ ਕੁਛ ਉਹਨੂੰ ਸਿਖਾ ਕੇ ਜਾਂਦਾ ਤੁਹਾਡੀ ਲਾਈਫ ਦੇ ਵਿੱਚ ਕਿਉਂਕਿ ਤੁਹਾਡੇ ਨਾਲੋਂ ਵੱਡਾ ਉਹਨਾਂ ਨੂੰ ਐਕਸਪੀਰੀਅੰਸ ਜ਼ਿਆਦਾ ਹੁੰਦਾ ਅਤੇ ਉਹ ਤੁਸੀਂ ਕਿਤਾਬ ਵੀ ਪੜ੍ਹ ਲਵੋ ਨਾ ਜੇ ਤੁਸੀਂ ਕਿਤਾਬ ਤਾਂ ਕਿਤਾਬ ਵਿੱਚ ਮਿਨੀਮਮ ਮੇਰੇ ਹਿਸਾਬ ਨਾਲ ਇੱਕ ਕਿਸੇ ਵੀ ਰਾਈਟਰ ਦਾ 6 ਮਹੀਨੇ ਦਾ ਤਜਰਬਾ ਜ਼ਰੂਰ ਹੁੰਦਾ ਅਤੇ ਉਹ 6 ਮਹੀਨੇ ਦਾ ਤਜਰਬਾ ਤੁਸੀਂ ਇੱਕ ਦਿਨ 'ਚ ਕਿਤਾਬ ਪੜ੍ਹਦੀ ਤਾਂ 1 ਮਹੀਨੇ 'ਚ ਲੈ ਸਕਦੇ ਹੋ ਹੈ ਨਾ। ਉਹੀ ਚੀਜ਼ ਇਹ ਤਾਂ ਫਿਰ ਵੀ ਅਸੀਂ 1 ਮਹੀਨਾ ਰਿਹਾ ਤਾਂ ਇਹਦੇ 'ਤੇ ਇੱਕ ਨਹੀਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਨੇ। ਸੋ ਮੈਂ ਹੁਣ ਸਾਰੀਆਂ ਐਕਸਪਲੇਨ ਨਹੀਂ ਕਰ ਸਕਦਾ। ਕੁਰਾਨ ਜਾਂ ਫਿਰ ਇਹਦੀ ਜਦੋਂ ਤੁਸੀਂ ਕਹਾਣੀ ਸੁਣੀ ਸੀ ਕੋਈ ਨਾ ਕੋਈ ਲਾਈਫ ਲੈਸਨ ਜਾਂ ਕੋਈ ਚੀਜ਼ ਇੱਦਾਂ ਦੀ ਜ਼ਰੂਰ ਸਿੱਖੀ ਹੋਏਗੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਮੈਂ ਹੈ ਜ਼ਿੰਦਗੀ ਦੇ ਵਿੱਚ ਹੁਣ ਮੈਂ ਨਾਲ ਰੱਖਾਂਗਾ। ਦੇਖੋ ਇਸ ਫਿਲਮ ਦੇ ਵਿੱਚ ਸਿੱਖਣ ਨੂੰ ਤਾਂ ਬਹੁਤ ਕੁਛ ਮਿਲਿਆ ਕਿਉਂਕਿ ਜਿੱਦਾਂ ਹੁਣ ਸੂਈ ਸਾਹਿਬ ਨੇ, ਤਰਸੇਮ ਜੀ ਨੇ ਹੈ ਨਾ ਅਤੇ ਇਹਨਾਂ ਨੂੰ ਦੇਖ ਦੇਖ ਕੇ ਅਸੀਂ ਵੱਡੇ ਹੋਏ ਹਾਂ ਹੈ ਨਾ। ਪਹਿਲਾਂ ਤਾਂ ਕਲਾਕਾਰੀ ਦੇਖ ਲਓ, ਹੁਣ ਸੂਈ ਸਾਹਿਬ ਦਾ ਠਹਿਰਾ ਸਿੱਖਿਆ ਪਹਿਲਾਂ ਤਾਂ ਇਹਦੇ ਵਿੱਚ ਆ ਕੇ ਜਿਹੜਾ ਇਹ ਜਿੰਨੇ ਇਹ ਠਹਿਰਾ ਅਤੇ ਹਲੀਮੀ ਨਾਲ ਬੋਲਦੇ ਨੇ ਨਾ ਉਹ ਮਤਲਬ ਇੱਕ ਇਹਨਾਂ ਨੂੰ ਦੇਖ ਦੇਖ ਕੇ ਉਹ ਮਤਲਬ ਇੱਦਾਂ ਦੀ ਚੀਜ਼ ਆ ਜਿਹੜੀ ਤੁਸੀਂ ਕਦੇ ਛੱਡਣਾ ਨਹੀਂ ਚਾਹੋਗੇ। ਇਹ ਇੰਨੀ ਟਿਕਾ ਕੇ ਗੱਲ ਕਰਦੇ ਨੇ ਨਾ ਕਿ ਬੰਦੇ ਦੇ ਪੱਲੇ ਪੈ ਜਾਂਦੀ ਹੈ ਗੱਲ ਹੈ ਨਾ। ਸੋ ਉਹ ਚੀਜ਼ਾਂ ਸਿੱਖੀਆਂ। ਬਾਕੀ ਫਿਰ ਰੋਬੀ ਭਾਅ ਜੀ ਸੀਗੇ ਉੱਥੇ, ਤਰਸੇਮ ਜੀ ਸੀਗੇ, ਮੈਂਡੀ, ਮਤਲਬ ਹਰ ਇੱਕ ਬੰਦਾ ਕੁਛ ਨਾ ਕੁਛ ਉਹਨੂੰ ਸਿਖਾ ਕੇ ਜਾਂਦਾ ਤੁਹਾਡੀ ਲਾਈਫ ਦੇ ਵਿੱਚ ਕਿਉਂਕਿ ਤੁਹਾਡੇ ਨਾਲੋਂ ਵੱਡਾ ਉਹਨਾਂ ਨੂੰ ਐਕਸਪੀਰੀਅੰਸ ਜ਼ਿਆਦਾ ਹੁੰਦਾ ਅਤੇ ਉਹ ਤੁਸੀਂ ਕਿਤਾਬ ਵੀ ਪੜ੍ਹ ਲਵੋ ਨਾ ਜੇ ਤੁਸੀਂ ਕਿਤਾਬ ਤਾਂ ਕਿਤਾਬ ਵਿੱਚ ਮਿਨੀਮਮ ਮੇਰੇ ਹਿਸਾਬ ਨਾਲ ਇੱਕ ਕਿਸੇ ਵੀ ਰਾਈਟਰ ਦਾ 6 ਮਹੀਨੇ ਦਾ ਤਜਰਬਾ ਜ਼ਰੂਰ ਹੁੰਦਾ ਅਤੇ ਉਹ 6 ਮਹੀਨੇ ਦਾ ਤਜਰਬਾ ਤੁਸੀਂ ਇੱਕ ਦਿਨ 'ਚ ਕਿਤਾਬ ਪੜ੍ਹਦੀ ਤਾਂ 1 ਮਹੀਨੇ 'ਚ ਲੈ ਸਕਦੇ ਹੋ ਹੈ ਨਾ। ਉਹੀ ਚੀਜ਼ ਇਹ ਤਾਂ ਫਿਰ ਵੀ ਅਸੀਂ 1 ਮਹੀਨਾ ਰਿਹਾ ਤਾਂ ਇਹਦੇ 'ਤੇ ਇੱਕ ਨਹੀਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਨੇ। ਸੋ ਮੈਂ ਹੁਣ ਸਾਰੀਆਂ ਐਕਸਪਲੇਨ ਨਹੀਂ ਕਰ ਸਕਦਾ। ਕੁਰਾਨ ਜਾਂ ਫਿਰ ਇਹਦੀ ਜਦੋਂ ਤੁਸੀਂ ਕਹਾਣੀ ਸੁਣੀ ਸੀ ਕੋਈ ਨਾ ਕੋਈ ਲਾਈਫ ਲੈਸਨ ਜਾਂ ਕੋਈ ਚੀਜ਼ ਇੱਦਾਂ ਦੀ ਜ਼ਰੂਰ ਸਿੱਖੀ ਹੋਏਗੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਮੈਂ ਹੈ ਜ਼ਿੰਦਗੀ ਦੇ ਵਿੱਚ ਹੁਣ ਮੈਂ ਨਾਲ ਰੱਖਾਂਗਾ। ਦੇਖੋ ਇਸ ਫਿਲਮ ਦੇ ਵਿੱਚ ਸਿੱਖਣ ਨੂੰ ਤਾਂ ਬਹੁਤ ਕੁਛ ਮਿਲਿਆ ਕਿਉਂਕਿ ਜਿੱਦਾਂ ਹੁਣ ਸੂਈ ਸਾਹਿਬ ਨੇ, ਤਰਸੇਮ ਜੀ ਨੇ ਹੈ ਨਾ ਅਤੇ ਇਹਨਾਂ ਨੂੰ ਦੇਖ ਦੇਖ ਕੇ ਅਸੀਂ ਵੱਡੇ ਹੋਏ ਹਾਂ ਹੈ ਨਾ। ਪਹਿਲਾਂ ਤਾਂ ਕਲਾਕਾਰੀ ਦੇਖ ਲਓ, ਹੁਣ ਸੂਈ ਸਾਹਿਬ ਦਾ ਠਹਿਰਾ ਸਿੱਖਿਆ ਪਹਿਲਾਂ ਤਾਂ ਇਹਦੇ ਵਿੱਚ ਆ ਕੇ ਜਿਹੜਾ ਇਹ ਜਿੰਨੇ ਇਹ ਠਹਿਰਾ ਅਤੇ ਹਲੀਮੀ ਨਾਲ ਬੋਲਦੇ ਨੇ ਨਾ ਉਹ ਮਤਲਬ ਇੱਕ ਇਹਨਾਂ ਨੂੰ ਦੇਖ ਦੇਖ ਕੇ ਉਹ ਮਤਲਬ ਇੱਦਾਂ ਦੀ ਚੀਜ਼ ਆ ਜਿਹੜੀ ਤੁਸੀਂ ਕਦੇ ਛੱਡਣਾ ਨਹੀਂ ਚਾਹੋਗੇ। ਇਹ ਇੰਨੀ ਟਿਕਾ ਕੇ ਗੱਲ ਕਰਦੇ ਨੇ ਨਾ ਕਿ ਬੰਦੇ ਦੇ ਪੱਲੇ ਪੈ ਜਾਂਦੀ ਹੈ ਗੱਲ ਹੈ ਨਾ। ਸੋ ਉਹ ਚੀਜ਼ਾਂ ਸਿੱਖੀਆਂ। ਬਾਕੀ ਫਿਰ ਰੋਬੀ ਭਾਅ ਜੀ ਸੀਗੇ ਉੱਥੇ, ਤਰਸੇਮ ਜੀ ਸੀਗੇ, ਮੈਂਡੀ, ਮਤਲਬ ਹਰ ਇੱਕ ਬੰਦਾ ਕੁਛ ਨਾ ਕੁਛ ਉਹਨੂੰ ਸਿਖਾ ਕੇ ਜਾਂਦਾ ਤੁਹਾਡੀ ਲਾਈਫ ਦੇ ਵਿੱਚ ਕਿਉਂਕਿ ਤੁਹਾਡੇ ਨਾਲੋਂ ਵੱਡਾ ਉਹਨਾਂ ਨੂੰ ਐਕਸਪੀਰੀਅੰਸ ਜ਼ਿਆਦਾ ਹੁੰਦਾ ਅਤੇ ਉਹ ਤੁਸੀਂ ਕਿਤਾਬ ਵੀ ਪੜ੍ਹ ਲਵੋ ਨਾ ਜੇ ਤੁਸੀਂ ਕਿਤਾਬ ਤਾਂ ਕਿਤਾਬ ਵਿੱਚ ਮਿਨੀਮਮ ਮੇਰੇ ਹਿਸਾਬ ਨਾਲ ਇੱਕ ਕਿਸੇ ਵੀ ਰਾਈਟਰ ਦਾ 6 ਮਹੀਨੇ ਦਾ ਤਜਰਬਾ ਜ਼ਰੂਰ ਹੁੰਦਾ ਅਤੇ ਉਹ 6 ਮਹੀਨੇ ਦਾ ਤਜਰਬਾ ਤੁਸੀਂ ਇੱਕ ਦਿਨ 'ਚ ਕਿਤਾਬ ਪੜ੍ਹਦੀ ਤਾਂ 1 ਮਹੀਨੇ 'ਚ ਲੈ ਸਕਦੇ ਹੋ ਹੈ ਨਾ। ਉਹੀ ਚੀਜ਼ ਇਹ ਤਾਂ ਫਿਰ ਵੀ ਅਸੀਂ 1 ਮਹੀਨਾ ਰਿਹਾ ਤਾਂ ਇਹਦੇ 'ਤੇ ਇੱਕ ਨਹੀਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਨੇ। ਸੋ
ਮੈਂ ਹੁਣ ਸਾਰੀਆਂ ਐਕਸਪਲੇਨ ਨਹੀਂ ਕਰ ਸਕਦਾ ਹੈਗਾ।